रूस वालों यूक्रेन खिलाफ शुरू किए खास मिलिट्री ऑपरेशन नू पूरा एक महीना हो चुका है। इस दौरान बेघर हो यूक्रेन के लखा लोग अपना घर छड़ के नेड़े देशों से शरण लै रहे हैं, जिन्हां लई रहन दे ठिकाने भोजन ते सेहत संबंधी जरूरी पूरियां करन लई दुनिया भर तो समाज सेवी संस्थावां यूक्रेन के गवांढी देशों से पहुंचियां ने। उत्थे ही कनेडा मैडिकल असिस्टेंस टीम नाम की एक संस्था नाल कनेडा तो भी कई डॉक्टर ते नर्सां अपनी सेवावां दे रहे ने। ਮੇਰੇ ਵੋਲੰਟੀਅਰ ਟਾਈਮ 10 ਦਿਨਾਂ ਦਾ ਸੀਗਾ ਬਿਕਾਜ਼ ਕੰਮ ਤੋਂ ਛੁੱਟੀ ਜ਼ਿਆਦਾ ਨਹੀਂ ਮਿਲੀ ਸੋ ਪਹਿਲੇ ਰਾਊਂਡ 'ਚ ਆਪਾਂ 10 ਦਿਨ ਗਏ ਸੀਗੇ ਜੇ ਹਜੇ ਵੀ ਬਾਅਦ 'ਚ ਵੀ ਕੋਈ ਨੀਡ ਹੁੰਦੀ ਹੈ ਤੇ ਫਿਰ ਮੁੜ ਕੇ ਆਪਾਂ ਜਾ ਸਕਦੇ ਹਾਂ ਬਟ 10 ਦਿਨ ਦਾ ਟੂਰ ਸੀਗਾ ਇੱਕ ਈਮੇਲ ਆਈ ਸੀਗੀ ਇਨਬਾਕਸ 'ਚ ਤੇ ਉਹਨਾਂ ਨੇ ਸੱਦਾ ਰੱਖਿਆ ਸਾਰੇ ਨਰਸਾਂ ਨੂੰ ਕਿ ਜਿਨ੍ਹਾਂ ਨੇ ਜੋ ਜਾਣਾ ਚਾਹੁੰਦੇ ਆ ਪੋਲੈਂਡ ਯੂਕਰੇਨ ਬਾਰਡਰ ਤੇ ਉਹ ਰਿਪਲਾਈ ਕਰ ਲੈਣ ਈਮੇਲ ਤੋਂ ਈਮੇਲ ਤੋਂ ਰਿਪਲਾਈ ਕਰ ਲੈਣ ਤੇ ਉਹ ਈਮੇਲ ਆਰਨਿਓ ਨੇ ਭੇਜੀ ਸੀ ਰਜਿਸਟਰਡ ਨਰਸਿੰਗ ਐਸੋਸੀਏਸ਼ਨ ਆਫ ਆਨਟੇਰੀਓ ਤੇ ਜਿਹੜੀ ਆਰਗੇਨਾਈਜੇਸ਼ਨ ਉੱਥੇ ਸਾਰਾ ਔਨ ਦਾ ਗਰਾਊਂਡ ਲੀਡ ਕਰ ਰਹੀ ਸੀ ਉਹਦਾ ਨਾਮ ਆਇਆ ਸੀ ਮੈਟ ਕੈਨੇਡੀਅਨ ਮੈਡੀਕਲ ਅਸਿਸਟੈਂਸ ਟੀਮ ਸੋ ਉਸ ਟੀਮ 'ਚ ਡਾਕਟਰ ਵੀ ਨੇ ਨਰਸਿਸ ਵੀ ਨੇ ਸਾਈਕੋਥੈਰੇਪਿਸਟ ਵੀ ਨੇ ਮੈਡਿਕਸ ਵੀ ਨੇ ਹੈਟਸ ਆਫ ਟੂ ਪੋਲੈਂਡ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸੋ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਨੇ ਆਪਣੇ ਬੇਸ ਕੈਂਪ 'ਚ ਬਣਾ ਲਏ ਜਿੱਥੇ ਵਾਰਮਿੰਗ ਸੈਂਟਰ ਉਹਦੇ ਵਿੱਚ ਆਪਾਂ ਕਲੀਨਿਕਲ ਸਰਵਿਸ ਵੀ ਰੱਖ ਲਈ ਆਪਣੀਆਂ ਦਵਾਈਆਂ ਲਈ ਡਾਕਟਰ ਦੇ ਕਲੀਨਿਕ ਹੋ ਗਏ ਨਰਸਾਂ ਹੋ ਗਈਆਂ ਨੇ ਪੋਲੈਂਡ ਦੇ ਸਾਈਡ ਦੇ ਵਿੱਚ ਵੀ ਤੇ ਯੂਕਰੇਨ ਦੇ ਸਾਈਡ ਦੇ ਵਿੱਚ ਵੀ ਸੋ ਉਹ ਸਾਡਾ ਕਲੀਨਿਕਲ ਐਕਸਪੀਰੀਅੰਸ ਹੈ ਜਦ ਤੱਕ ਆਪਾਂ ਸੀਗੇ ਉੱਥੇ ਸੋ ਐਸਟੈਬਲਿਸ਼ ਕਰਨਾ ਸਾਰਾ ਕੁਝ ਸੈਟਅਪ ਕਰਕੇ ਪੋਲੈਂਡ ਸਰਕਾਰ ਨਾਲ ਗੱਲਬਾਤ ਕਰਕੇ ਕਿ ਅਫੀਸ਼ੀਅਲੀ ਸਾਰਾ ਕੁਝ ਸਟ੍ਰੀਮਲਾਈਨ ਹੋ ਜਾਵੇ ਜੇ ਕੋਈ ਟਰਾਮਾ ਵਿਕਟਮ ਆ ਜਾਂਦਾ ਉਹਨੂੰ ਕਿਵੇਂ ਸ਼ਿਪ ਕਰਨਾ ਹੋਸਪਿਟਲ ਤੱਕ ਉਹਨਾਂ ਦੀ ਨੀਡਸ ਮੈਡੀਕੇਸ਼ਨ ਮੈਨੇਜਮੈਂਟ ਕਰਨਾ ਪ੍ਰਾਇਮਰੀ ਕੇਅਰ ਅਸੈਸਮੈਂਟ ਕਰਨੀ ਜਾਂ ਫਿਰ ਕੋਈ ਸਟ੍ਰੈਸ ਰਿਲੇਟਡ ਕੋਈ ਆਪਣੇ ਡਾਇਗਨੋਸਿਸ ਉਹਨਾਂ ਦੇ ਹੈਗੇ ਸੀਗੇ ਜਾਂ ਟਰੈਵਲ ਰਿਲੇਟਡ ਉਹ ਚੀਜ਼ਾਂ ਸਿੰਪਟਮ ਮੈਨੇਜਮੈਂਟ ਕਰਨੀਆਂ ਜ਼ਰੂਰੀ ਸਮਝਦੇ ਸੀਗੇ ਬਾਰਡਰ ਤੇ ਤਾਂ ਕਿ ਉਹ ਪੋਲੈਂਡ ਵਿੱਚ ਗਾਂ ਤੱਕ ਜਾ ਸਕਦੇ ਸੀਗੇ ਸੋ ਉਹ ਸਾਡਾ ਮੈਂਡੇਟ ਸੀਗਾ ਇੱਕ ਵਾਰੀ ਆਪਾਂ ਇੰਟਰੈਕਸ਼ਨ ਕਰਨੀ ਹੈ ਉਹ ਤੋਂ ਬਾਅਦ ਜ਼ਿਆਦਾ ਸਦਾ ਤਾਲਮੇਲ ਨਹੀਂ ਪੈਣਾ ਇੱਕ ਵਾਰੀ ਉਹਨਾਂ ਨੇ ਮਿਲਣਾ ਸਾਨੂੰ ਰਾਈਟ ਸੋ ਛੋਟੀ ਛੋਟੀ ਅਕਿਊਟੀ ਬੇਸਡ ਕੇਅਰ ਆਪਾਂ ਦਿੱਤੀ ਸੀਗੀ ਉਹਨਾਂ ਨੂੰ ਇੱਕ ਜੈਂਟਲਮੈਨ ਮੇਰੇ ਦਿਮਾਗ 'ਚ ਆਉਂਦਾ ਜੇ ਬਾਰਡਰ ਦੇ ਬਿਲਕੁਲ ਲਾਗੇ ਉਹਦੀ ਪ੍ਰੋਪਰਟੀ ਜਦੋਂ ਇਹ ਵਾਰ ਸਟਾਰਟ ਹੋਈ ਆ ਮੋਸਟਲੀ ਚਿਲਡਰਨ ਵਰ ਕ੍ਰੋਸਿੰਗ ਦ ਬਾਰਡਰ ਅਲੋਨ ਬਾਈ ਦਮਸੈਲਵਸ ਸੋ ਉਹਨਾਂ ਨੇ ਦੇਖਿਆ ਕਿ ਮੁੰਡੇ ਤੇ ਕੁੜੀਆਂ ਛੋਟੇ ਛੋਟੇ ਜਵਾਕ ਬਾਰਡਰ ਕ੍ਰੋਸ ਕਰ ਰਹੇ ਆ ਸੋ ਉਹਨਾਂ ਨੇ ਆਪਣੀ ਵਾਈਫ ਨੂੰ ਜਗਾਇਆ ਰਾਤ ਨੂੰ ਤੇ ਉਹਨਾਂ ਨੂੰ ਕਿਹਾ ਕਿ ਰੋਟੀ ਬਣਾਓ ਕਾਫੀ ਬੱਚੇ ਆ ਰਹੇ ਆ ਸੋ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਹੁਣ ਪੂਰੀ ਕੋਈ ਪ੍ਰੋਪਰਟੀ ਉਹਨਾਂ ਦੀ ਹੁਣ ਉੱਥੇ ਟੈਂਟੀ ਟੈਂਟ ਲੱਗੇ ਆ ਸੋ ਸੁਭਾਅ ਏਦਾਂ ਨਾ ਸੋ ਉਹ ਮੇਰੇ ਨਾਲ ਗੱਲ ਕਰ ਰਹੇ ਸੀ ਕਹਿ ਰਹੇ ਸੀ ਕਿ ਇਹ ਬੰਦ ਨੀ ਹੋਇਆ ਕਦੇ ਏਦਾਂ ਦਾ ਮੈਂ ਸੋਚਿਆ ਨੀ ਸੀ ਆਪਣੀ ਜ਼ਿੰਦਗੀ ਚ ਦੁਬਾਰਾ ਇਹ ਚੀਜ਼ ਵਾਪਰਨੀ ਆ ਵਰਲਡ ਵਾਰ ਟੂ ਦੇ ਬਾਅਦ ਇਹ ਚੀਜ਼ ਉਹਨਾਂ ਦੀ ਜ਼ਿੰਦਗੀ ਚ ਬਹੁਤ ਬਜ਼ੁਰਗ ਨੇ ਸੋ ਉਹਨਾਂ ਨਾਲ ਗੱਲਬਾਤ ਕਰਕੇ ਇਹ ਗੱਲ ਸਮਝ ਲੱਗੀ ਕਿ ਜਿਹੜੇ ਲੋਕੀ ਪੋਲੈਂਡ ਦੇ ਆ ਯੂਕਰੇਨ ਦੇ ਉਹਨਾਂ ਨੇ ਬਹੁਤ ਕਸ਼ਟ ਆਪਣੇ ਜ਼ਿੰਦਗੀ ਚ ਦੇਖੇ ਸੀਗੇ ਸੋ ਜੀ ਪੁਰਾਣੀ ਜਨਰੇਸ਼ਨ ਆ ਉਹ ਸਮਝਦੀ ਹੈ ਇਸ ਪੀੜਾ ਨੂੰ ਇਹ ਯੰਗ ਜਨਰੇਸ਼ਨ ਹੁਣ ਪਹਿਲਾਂ ਐਕਸਪੀਰੀਅੰਸ ਕਰ ਰਹੀ ਆ ਯੂਕਰੇਨ ਨੇ ਆਪਣਾ ਮੈਂਡੇਟ ਰੱਖਿਆ ਸੀਗਾ ਕੰਸਕ੍ਰਿਪਸ਼ਨ ਦਾ ਜਿਹੜੇ ਆਪਣੇ ਮੈਨ ਸੀਗੇ 18+ ਉਹਨਾਂ ਨੂੰ ਬੈਕ ਰਹਿਣਾ ਪਿਆ ਟੂ ਡਿਫੈਂਡ ਦ ਕੰਟਰੀ ਸੋ ਉਸ ਯੂ ਨੋ ਭਾਗ ਦੌੜ ਚ ਜਿਹੜੇ ਸਟੂਡੈਂਟ ਯੂਕਰੇਨ ਤੋਂ ਭੱਜ ਕੇ ਪੋਲੈਂਡ ਬਣ ਜਾ ਰਹੇ ਸੀਗੇ ਉਹਨਾਂ ਨੂੰ ਫਸਟ ਪ੍ਰਾਇਓਰਟੀ ਉਸ ਵੇਲੇ ਨਹੀਂ ਮਿਲੀ ਸੀਗੀ ਬਿਕਾਜ਼ ਵੁਮੈਨ ਐਂਡ ਚਿਲਡਰਨ ਵਰ ਗਿਵਨ ਦ ਫਸਟ ਪ੍ਰਾਇਓਰਟੀ ਪਰ ਉਹਨਾਂ ਨੇ ਬਹੁਤ ਰੇਸਿਜ਼ਮ ਐਕਸਪੀਰੀਅੰਸ ਕੀਤਾ ਸੀ ਬਹੁਤ ਵਾਰੀ ਡਿਜ਼ਾਸਟਰ ਚ ਕੀ ਹੁੰਦਾ ਇੱਕ ਵਾਰੀ ਹੱਲਾ ਹੋ ਜਾਂਦਾ ਫਿਰ ਸਾਰਿਆਂ ਨੇ ਜੋਸ਼ ਚ ਆ ਕੇ ਇੱਕ ਵਾਰੀ ਬਹੁਤ ਸਾਰਾ ਕੁਛ ਡੋਨੇਟ ਕਰ ਦਿੱਤਾ ਪਰ ਜਿਸ ਚੀਜ਼ ਦੀ ਨੀਡ ਜਿਹੜੀ ਆ ਫਿਰ ਉਸ ਚੀਜ਼ ਨੂੰ ਆਪਾਂ ਮਨ ਦੀ ਸ਼ਾਂਤੀ ਲਈ ਆਪਾਂ ਜੀ ਆਪਾਂ ਕੁਛ ਕਰ ਲਿਆ ਰਾਈਟ ਸੋ ਸਿਸਟਮੈਟਿਕ ਅਪਰੋਚ ਤੇ ਦੂਜੀ ਚੀਜ਼ ਆ ਜਿਹੜੀ ਨੀਡ ਲੋੜਮੰਦ ਹੈਗੀ ਉਹ ਸੇਫਟੀ ਕਿੱਟਸ ਜੋ ਆਪਣੇ ਸੋਲਜਰਸ ਨਾਲ ਲੈ ਸਕਦੇ ਆ ਤੇ ਬਜ਼ੁਰਗ ਆਪਣੇ ਨਾਲ ਲਾ ਸਕਦੇ ਆ ਦਵਾਈਆਂ ਆਪਣੀਆਂ ਇਨਸੁਲਿਨ ਬਹੁਤ ਉਹਦਾ ਘਾਟਾ ਬਹੁਤ ਆ